ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਗੁਰਮੀਤ ਨਿੱਜਰ ਅੱਜ ਅਸੀਂ ਪਹੁੰਚ ਚੁੱਕੇ ਹਾਂ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਹੈ ਇਹ ਇਕੱਠ 7 ਤਰੀਕ ਨੂੰ ਪਟਿਆਲਾ ਵਿਖੇ ਹੋਣ ਵਾਲੀ ਜਬਰ ਵਿਰੋਧੀ ਰੈਲੀ ਦੇ ਸੰਬੰਧ ਵਿੱਚ ਹੋਣ ਜਾ ਰਿਹਾ ਹੈ ਜਿਸ ਨੂੰ ਸੰਬੋਧਨ ਕਰਨ ਵਾਸਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਵੀ ਪਹੁੰਚ ਰਹੀ ਹੈ ਇੱਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਜਿੱਥੇ ਵਿਰੋਧੀ ਧਿਰ ਵੱਲੋਂ ਪਟਿਆਲਾ ਵਿਖੇ 7 ਤਰੀਕ ਨੂੰ ਰੈਲੀ ਕੀਤੀ ਜਾ ਰਹੀ ਹੈ ਉੱਥੇ ਸੱਤਾ ਧਿਰ ਵੱਲੋਂ ਵੀ ਬਾਦਲ ਦੇ ਹਲਕਾ ਲੰਮੀ ਵਿਖੇ ਇੱਕ ਰੈਲੀ ਕੀਤੀ ਜਾ ਰਹੀ ਹੈ ਜਿਸ ਦਾ ਹਰ ਪਾਰਟੀ ਵਰਕਰਾਂ ਦੇ ਵਿੱਚ ਇੱਕ ਬੜਾ ਸਸਪੰਜ ਪੈਦਾ ਹੋਇਆ ਹੈ ਕਿ ਮੌਜੂਦਾ ਧਿਰ ਨੂੰ ਕਿਉਂ ਕਰਨੀਆਂ ਪੈ ਰਹੀਆਂ ਨੇ ਰੈਲੀਆਂ ਇਸ ਬਾਰੇ ਆਪਾਂ ਜਾਣਦੇ ਹਾਂ ਪਹੁੰਚਣ ਵਾਲੇ ਵਰਕਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਕੋਲੋਂ ਲੁਧਿਆਣਾ ਤੋਂ ਜਸਪਾਲ ਗਿਆਸਪੁਰਾ ਜੀ ਗਿਆਸਪੁਰਾ ਜੀ ਅੱਜ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਲੁਧਿਆਣੇ ਦੇ ਵਿੱਚ ਆਪਣੇ ਬਾਦਲ ਸਾਹਿਬ ਆ ਰਹੇ ਨੇ ਅਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਮੁੱਖ ਮੁੱਦਾ ਜੀ ਮੁੱਖ ਮੁੱਦਾ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਪਾਰਟੀ ਦੀ ਨਵੀਂ ਜ਼ਿੰਮੇਵਾਰੀਆਂ ਸਰ ਸੁਖਬੀਰ ਸਿੰਘ ਬਾਦਲ ਨੇ ਨਵੀਆਂ ਦਿੱਤੀਆਂ ਨੇ ਉਹਨਾਂ ਨੂੰ ਤੈਅ ਕਰਨਾ ਕਿ ਉਹ ਕਿਵੇਂ ਜ਼ਿੰਮੇਵਾਰੀਆਂ ਔਰ ਪਾਰਟੀ ਦੀਆਂ ਜਿਹੜੀਆਂ ਸਾਡੇ ਕੀਤੇ ਹੋਏ ਕੰਮਾਂ ਦਾ ਘਰ ਘਰ ਪ੍ਰਚਾਰ ਕਰਨਾ ਔਰ ਜਿਹੜੀ ਸਾਡੇ ਵਿਰੋਧੀ ਪਾਰਟੀ ਕੋਈ ਕੰਮ ਨਹੀਂ ਕਰ ਰਹੀ ਲੋਕਾਂ ਦਾ ਧਿਆਨ ਹਟਾਉਣ ਲਈ ਇੱਕ ਧਰਮ ਨੂੰ ਇੱਕ ਧਾਰਮਿਕ ਆੜ ਦੇ ਵਿੱਚ ਗਲਤ ਗੱਲਾਂ ਕਰ ਰਹੀ ਆ ਉਹਦੇ ਬਾਰੇ ਸਾਰੇ ਲੋਕਾਂ ਨੂੰ ਦੱਸਣਾ ਔਰ ਕੀ ਪਾਰਟੀ ਦਾ ਅੱਗੇ ਪ੍ਰੋਗਰਾਮ ਹੈ ਪਾਰਲੀਮੈਂਟ ਦੇ ਵਿੱਚ ਖਾਸ ਕਰ ਔਰ ਪਾਰਟੀ ਦੇ ਕੀ ਜ਼ਿੰਮੇਵਾਰੀ ਸਰ ਸੁਖਬੀਰ ਸਿੰਘ ਬਾਦਲ ਇਸ ਦਿਸ਼ਾ ਨਿਰਦੇਸ਼ ਦੇਣਗੇ ਜਿਹੜੀਆਂ ਪੰਜਾਬ ਸਰਕਾਰ ਖੁਦ ਇੱਕ ਅਪੋਜੀਸ਼ਨ ਦੇ ਬਰੋਬਰ ਇੱਕ 7 ਤਰੀਕ ਨੂੰ ਰੈਲੀ ਕਰਨ ਜਾ ਰਹੀ ਹੈਗੀ ਆ ਉੱਥੇ ਇੱਕ ਆਮ ਵਰਕਰ ਦੇ ਹੋਣ ਦੇ ਨਾਤੇ ਸੀਨੀਅਰ ਵਰਕਰ ਹੋਣ ਦੇ ਨਾਤੇ ਤੁਹਾਡਾ ਕੀ ਕਹਿਣਾ ਦੇਖੋ ਜਿਹੜੀ ਸਾਡੀ ਰੈਲੀ ਹੈ ਪਟਿਆਲੇ ਦੇ ਵਿੱਚ ਉਹ ਸਿਰਫ ਇਹੀ ਆ ਜਬਰ ਵਿਰੋਧ ਰੈਲੀ ਜੋ ਇਹਨਾਂ ਨੇ ਸਾਡੀਆਂ ਇਲੈਕਸ਼ਨਾਂ ਦੇ ਵਿੱਚ ਮਾਰ ਧਾੜ ਜੋ ਧਾਰਮਿਕ ਭਾਵਨਾ 'ਚ ਲੋਕਾਂ ਨੂੰ ਇਹ ਵੰਡਣ ਦਾ ਰੋਲ ਅਦਾ ਕਰ ਰਹੀ ਹੈ ਕਾਂਗਰਸ ਦੇ ਵਿੱਚ ਉਹਦੇ ਸੰਬੰਧੀ ਸਾਡੀ ਰੈਲੀ ਹੋ ਰਹੀ ਹੈ ਔਰ ਬੜੀ ਜ਼ਬਰਦਸਤ ਰੈਲੀ ਹੋਏਗੀ ਉਹਦੀਆਂ ਸਾਡੀਆਂ ਤਿਆਰੀਆਂ ਬੜੀ ਉੱਚ ਪੱਧਰੀ ਰੋਇਤੇ ਨੇ ਜਿਹੜੀ ਕਾਂਗਰਸ ਪਾਰਟੀ ਰੈਲੀ ਕਰ ਰਹੀ ਹੈ ਇਹ ਅੱਜ ਤੱਕ ਨਹੀਂ ਪਤਾ ਲੱਗਿਆ ਜੇਕਰ ਉਹ ਕਹਿੰਦੇ ਨੇ ਸੰਮਤੀ ਜਾਂ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਸਾਨੂੰ ਲੋਕਾਂ ਨੇ ਚੁਣਿਆ ਔਰ ਸਾਨੂੰ ਲੋਕਾਂ ਨੇ ਸਾਡੀਆਂ ਨੀਤੀਆਂ ਦੇ ਮੋਹਰ ਲਾਈ ਆ ਫਿਰ ਉਹਨਾਂ ਨੂੰ ਐਡੀਆਂ ਵੱਡੀਆਂ ਰੈਲੀਆਂ ਲੰਬੀ ਰੈਲੀ 'ਤੇ ਰਨ ਕਰਨ ਦੀ ਕੀ ਜ਼ਰੂਰਤ ਪੈ ਗਈ ਇਹ ਬੜਾ ਵੱਡਾ ਸਵਾਲ ਹੈ ਆਪਣੇ ਆਪ 'ਚ 7 ਤਰੀਕ ਨੂੰ ਆਪਣੇ ਏਰੀਏ ਦੇ ਵਿੱਚੋਂ ਕਿੰਨਾ ਕੱਟ ਜਾ ਰਿਹਾ ਜੀ ਵੱਧ ਤੋਂ ਵੱਧ ਲੋਕਾਂ ਦਾ ਕੱਟ ਜਾਊਗਾ ਸਾਡੇ ਪਾਰਟੀ ਪ੍ਰਧਾਨ ਸਾਹਿਬ ਰਣਜੀਤ ਸਿੰਘ ਢਿੱਲੋਂ ਜੀ ਨੇ ਸਰ ਮਹੇਸ਼ ਚੰਦਰ ਗਰੇਵਾਲ ਸਾਹਿਬ ਨੇ ਔਰ ਜਥਰ ਗਾਵੜੀਆ ਸਾਹਿਬ ਨੇ ਸਾਡੇ ਸਾਊਥ ਦੀ ਮੀਟਿੰਗ ਬੋਲੀ ਹੈ ਜੇ ਬੁਲਾਈ ਆ 2000 ਤੋਂ ਵੱਧ ਬੰਡਾ ਸਾਡਾ ਇਕੱਠਾ ਹੋ ਕੇ ਜਾਊਗਾ ਹਲਕਾ ਸਾਊਥ ਦੇ ਵਿੱਚੋਂ ਧੰਨਵਾਦ ਜੀ ਥੈਂਕ ਯੂ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਸਰਬਜੀਤ ਪਨੇਸਰ ਅਤੇ ਹਰਜੀਤ ਦੁਗਰੀ ਦੇ ਨਾਲ ਫੋਕਸ .ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼